ਪੰਜਾਬ ਦੇ ਸਾਬਕਾ ਡੀਜੀਪੀ ਸੁਮੇਰ ਸਿੰਘ ਸੈਣੀ ਨੇ ਕਾਨੂੰਨ ਨੂੰ ਛਿੱਕੇ ਟੰਗਣ ਦੀ ਕੋਸ਼ਿਸ਼ ਕੀਤੀ ਪਰ ਹਿਮਾਚਲ ਪੁਲਿਸ ਦੇ ਮੌਜੂਦਾ ਐਸਪੀ ਨੇ ਅਜਿਹਾ ਹੋਣ ਨਹੀਂ ਦਿੱਤਾ। ਵਰਲਡ ਪੰਜਾਬੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਦਰਅਸਲ ਮਾਮਲਾ ਅੱਜ ਸਵੇਰੇ ਕਰੀਬ 4 ਵਜੇ ਦਾ ਜਦੋਂ ਸ਼੍ਰੀ ਕੀਰਤਪੁਰ ਸਾਹਿਬ ਵੱਲੋਂ ਹਿਮਾਚਲ ਦੇ ਵਿੱਚ ਦਾਖਲ ਹੁੰਦਿਆਂ ਸੁਮੇਰ ਸਿੰਘ ਸੈਣੀ ਦੇ ਨਾਲ ਦੋ ਹੋਰ ਬੰਦਿਆਂ ਨੂੰ ਰੋਕ ਲਿਆ ਗਿਆ ਕਿਉਂਕਿ ਨਾਕਾ ਲੱਗਿਆ ਹੋਇਆ ਸੀ ਅਤੇ ਫੋਨ ਘੁੰਮਣੇ ਸ਼ੁਰੂ ਹੋਏ। ਡੀਐਸਪੀ ਤੋਂ ਲੈ ਕੇ ਐਸਪੀ ਬਿਲਾਸਪੁਰ ਤੱਕ ਜਦੋਂ ਫੋਨ ਘੁੰਮੇ ਐਸਪੀ ਤੇ ਰੋਕ ਪਾਉਣ ਦੀ ਕੋਸ਼ਿਸ਼ ਵੀ ਹੋਈ ਪਰ ਗੱਲ ਬਣੀ ਨਹੀਂ ਕਿਉਂਕਿ ਕਰਫਿਊ ਪਾਸ ਨਹੀਂ ਸੀ। ਪਰ ਮੌਕੇ ਤੇ ਕੀ ਕੁਛ ਹੋਇਆ ਇਸ ਬਾਰੇ ਅਸੀਂ ਗੱਲਬਾਤ ਕੀਤੀ ਐਸਪੀ ਬਿਲਾਸਪੁਰ ਦਿਵਾਕਰ ਸ਼ਰਮਾ ਦੇ ਨਾਲ। ਕੀ ਕੁਛ ਕਿਹਾ ਉਹਨਾਂ ਨੇ ਤੁਸੀਂ ਆਪ ਸੁਣੋ। ਹੈਲੋ, ਗੁੱਡ ਆਫਟਰਨੂਨ ਸਰ। ਨਮਸਕਾਰ। ਹਾਂਜੀ ਸਰ, ਐਸਪੀ ਬਿਲਾਸਪੁਰ ਦਿਵਾਕਰ ਸ਼ਰਮਾ ਜੀ ਸੇ ਬਾਤ ਹੋ ਰਹੀ ਹੈ ਮੇਰੀ? ਸਰ, ਮੈਂ ਠਾਕੁਰ ਅਮਨਦੀਪ ਸਿੰਘ ਬਾਤ ਕਰ ਰਹਾ ਹੂੰ, ਵਰਲਡ ਪੰਜਾਬੀ ਟੀਵੀ ਚੰਡੀਗੜ੍ਹ ਸੇ। ਸਰ, ਆਪਾਂ ਇੱਕ ਵਰਜ਼ਨ ਲੈਣਾ ਹੈ ਇੱਕ ਖਬਰ ਪਰ। ਸਰ, ਸੁਣਨੇ ਮੈਂ ਆਇਆ ਕਿ ਅੱਜ ਅਰਲੀ ਮਾਰਨਿੰਗ ਫਾਰਮਰ ਡੀਜੀਪੀ ਪੰਜਾਬ ਸੁਮੇਰ ਸਿੰਘ ਸੈਣੀ ਆਏ ਥੇ ਲੇਕਿਨ ਉਨਕੋ ਅੰਦਰ ਨਹੀਂ ਜਾਣੇ ਦਿਆ ਗਿਆ। ਸਰ, ਕਿਆ ਮਾਮਲਾ ਥਾ, ਆਪ ਬਤਾ ਸਕਤੇ ਹੈਂ ਪਲੀਜ਼? ਸਹੀ ਹੋ ਗਿਆ, ਸੁਬਹ 4 ਵਜੇ ਕੀ ਬਾਤ ਹੈ। ਸਵਾਰਘਾਟ ਏਰੀਆ ਜੀ, ਸਵਾਰਘਾਟ ਜੋ ਯੇ ਕਿਰਤਪੁਰ ਕੇ ਪਾਸ ਜੋ ਬਾਰਡਰ ਪੜਤਾ ਹੈ ਜੀ, ਤੋ ਵਹਾਂ ਸੇ ਹੀ ਸ਼ਾਇਦ ਟੂ ਐਂਟਰ ਇਨਕੇ ਸਾਥ ਦੋ ਲੋਗ ਔਰ ਥੇ ਜੀ, ਦੋ ਪੁਰਸ਼ ਥੇ। ਤੋ ਫਿਰ ਫਾਈਨਲੀ ਮਤਲਬ ਨਾਕੇ ਮੇ ਉਨਕੋ ਰੋਕਾ ਗਿਆ ਕਿ ਉਨਕੇ ਪਾਸ ਪਾਸ ਨਹੀਂ ਥਾ ਜੀ, ਪਾਸ ਨਹੀਂ ਥਾ। ਫਿਰ ਡੀਜੀਪੀ ਸਾਹਿਬ ਨੇ ਸਬਸੇ ਪਹਿਲੇ ਡੀ ਐਸ ਪੀ ਸਾਹਿਬ ਸੇ ਬਾਤ ਕੀ, ਡੀ ਐਸ ਪੀ ਜੋ ਲੋਕਲ ਡੀ ਐਸ ਪੀ ਹੈ, ਸਬ ਲੋਕਲ ਡੀ ਐਸ ਪੀ ਨੇ ਮੁਝੇ ਬਤਾਇਆ ਜੀ। ਫਿਰ ਇਸਕੇ ਬਾਅਦ ਫਾਈਨਲੀ ਫਿਰ ਡੀ ਜੀ ਪੀ ਸਾਹਿਬ ਕਾ ਫਿਰ ਮੁਝੇ ਫੋਨ ਆਇਆ, ਕਹੇਗਾ ਜੀ, ਮੈਂ ਕਹਾ ਸਰ ਕਿਉਂਕਿ ਆਪਕੇ ਪਾਸ ਆਪਕੇ ਔਰ ਆਪਕੇ ਲੋਗੋਂ ਕੇ ਪਾਸ ਪਾਸ ਨਹੀਂ ਹੈ ਤੋ ਹਮ ਆਪਕੀ ਐਂਟਰੀ ਅਲਾਓ ਨਹੀਂ ਕਰ ਸਕਤੇ ਜੀ ਜੀ। ਤੋ ਫਿਰ ਉਸਕੇ ਬਾਅਦ ਯੇ ਕੀ ਫਿਰ ਯੂ ਲੋਗ ਫਿਰ ਮੈਂ ਇਨਕੋ ਕਹਾ ਕਿ ਨਹੀਂ ਆਪ ਐਂਟਰ ਨਹੀਂ ਕਰ ਸਕਤੇ ਜੀ। ਔਰ ਫਿਰ ਉਸਕੇ ਬਾਅਦ ਡੀ ਜੀ ਪੀ ਸਾਹਿਬ ਫਿਰ ਔਰ ਇਨਕੇ ਲੋਗ ਵਾਪਿਸ ਚਲੇ ਗਏ ਜੀ। ਸਰ, ਕੁਛ ਉਹਨਾਂ ਨੇ ਵੈਸੇ ਕੁਛ ਪ੍ਰੈਸ਼ਰਾਈਜ਼ ਕਰਨੇ ਕੀ ਹੈ, ਵੈਸਾ ਕੁਛ ਨਹੀਂ ਕਹਾ ਕਿ ਮੁਝੇ ਜਾਣੇ ਦੀਜੀਏ, ਜਾਂ ਆਪਕੋ ਪਤਾ ਵੀ ਥਾ ਪਹਿਲੇ ਕਿ ਉਹ ਆਪਕੋ ਪਹਿਲੇ ਜਾਣਕਾਰੀ ਥੀ ਕਿ ਫਾਰਮਰ ਡੀ ਜੀ ਪੀ ਹੈ? ਹਾਂ, ਉਹਨਾਂ ਨੇ ਕਹਾ ਕਿ ਮੈਂ ਫਾਰਮਰ ਡੀ ਜੀ ਪੀ ਹੂੰ ਔਰ ਹਮੇ ਵੀ ਪਤਾ ਹੈ ਵੋ ਫਾਰਮਰ ਡੀ ਜੀ ਪੀ ਹੈ, ਬੜਾ ਨਾਮ ਹੈ ਜੀ, ਬੜੇ ਅਧਿਕਾਰੀ ਹੈ। ਔਰ ਐਸਾ ਕਿ ਉਹਨਾਂ ਨੇ ਕਹਾ ਕਿ ਮੁਝੇ ਜਾਣਾ ਹੈ ਔਰ ਮੰਡੀ ਮੈਂ ਜਾਣਾ ਹੈ, ਮੁਝੇ ਮੰਡੀ ਹੈ ਨਾ ਅਸ਼ੋਕ ਮੇ ਜੀ ਜੀ, ਸ਼ਹਿਰ ਕੀ ਪ੍ਰਾਪਰਟੀ ਹੈ ਵਹਾਂ ਪਰ ਜੀ, ਬੜਾ ਮੁਝੇ ਜਾਣਾ ਹੈ ਪਰ ਕਿਉਂਕਿ ਉਹਨੇ ਕਹਾ ਕਿ ਸਰ ਐਸਾ ਕਿ ਆਪਕੇ ਪਾਸ ਪਾਸ ਨਹੀਂ ਹੈ ਔਰ ਕਰਫਿਊ ਪਾਸ ਨਹੀਂ ਹੈ ਤੋ ਆਪ ਨਹੀਂ ਜਾ ਸਕਤੇ। ਫਿਰ ਸਾਥ ਮੈਂ ਇਹ ਵੀ ਕਹਾ ਕਿ ਨਹੀਂ ਆਪ ਮੈਂ 4 ਵਜੇ ਯਹਾਂ ਪੇ ਪਾਸ ਕਹਾਂ ਸੇ ਲੂੰ, ਤੋ ਫਿਰ ਹਮਨੇ ਯਹੀ ਕਹਾ ਕਿ ਸਰ ਐਸਾ ਕਿ ਆਪਕੋ ਆਪਣੇ ਜਹਾਂ ਸੇ ਵੀ ਜਰਨੀ ਸਟਾਰਟ ਕਰੀ ਥੀ ਜੀ, ਆਪਕੋ ਵਹਾਂ ਕੇ ਡਿਸਟ੍ਰਿਕਟ ਮੈਜਿਸਟ੍ਰੇਟ ਪੇ ਪਾਸ ਲੇਨਾ ਹੋਤਾ ਹੈ ਜੀ, ਔਰ ਅਗਰ ਐਸਾ ਹੀ ਹੈ ਅਗਰ ਆਪਕੋ ਜਾਣਾ ਹੀ ਹੈ ਆਪਕੋ ਤੋ ਆਪ ਆਨਲਾਈਨ ਥੋੜਾ ਮਤਲਬ ਜੋ ਵੀ ਹੈ ਮਤਲਬ ਫਾਰਮੈਲਿਟੀ ਹੈ ਨਾ ਜੀ। ਤੋ ਫਿਰ ਉਹਨਾਂ ਨੇ ਕੁਛ ਨਹੀਂ ਕਹਾ, ਫਿਰ ਉਹ ਮਗੀ ਆਪਸੇ ਬਾਤ ਵੀ ਆਪਨੇ ਮਨਾ ਕੀਤਾ ਤੋ ਫਿਰ ਉਹ ਮੰਨ ਗਏ, ਈਜ਼ੀਲੀ ਮੰਨ ਗਏ? ਈਜ਼ੀਲੀ ਤੋ ਬੜੇ ਲੋਕ ਨਹੀਂ ਮੰਨਤੇ ਹੈ ਜੀ, ਹਮ ਹਿੰਦੁਸਤਾਨੀ ਚਲੇ ਇੰਨਾ ਜ਼ਿਆਦਾ ਨਹੀਂ ਬੋਲੂਗਾ ਮੈਂ, ਈਜ਼ੀਲੀ ਤੋ ਅਭੀ ਜ਼ਿਆਦਾ ਕੁਛ ਨਹੀਂ, ਬਟ ਇਹੀ ਹੈ ਕਿ ਫਿਰ ਉਨਕੋ ਲੱਗ ਗਿਆ ਪਤਾ ਕਿ ਸ਼ਾਇਦ ਪੁਲਿਸ ਅਲਾਓ ਨਹੀਂ ਕਰਾਈ ਹੈ ਨਾ ਜੀ ਜੀ ਜੀ, ਕਿਉਂਕਿ ਕਾਨੂੰਨ ਸਭ ਕੇ ਲਈ ਬਰਾਬਰ ਹੈ ਸਰ, ਕਾਨੂੰਨ ਸਭੀ ਕੇ ਲਈ ਬਰਾਬਰ ਹੈ ਔਰ ਇਹ ਸਭੀ ਕੇ ਲਈ ਮੈਸੇਜ ਹੈ ਬੇਸਿਕਲੀ ਜੀ, ਹਿਮਾਚਲ ਪੁਲਿਸ ਕੀ ਤਰਫ ਸੇ ਸਭੀ ਕੇ ਲਈ ਮੈਸੇਜ ਹੈ ਕਿ ਜੋ ਵੀ ਆਤਾ ਹੈ ਵੋ ਵਿਦਿਟ ਆਪਣੇ ਪਾਸਿਸ ਔਰ ਡਾਕੂਮੈਂਟਸ ਲੈ ਕੇ ਹੀ ਆਏ ਜੀ ਜੀ ਬਿਲਕੁਲ, ਔਰ ਹਮ ਨਹੀਂ ਚਾਹਤੇ ਕਿ ਠੀਕ ਹੈ ਕਈ ਵਾਰ ਲੋਕ ਆ ਜਾਤੇ ਹੈ ਬਟ ਇਹ ਕਿ ਸਭੀ ਪਾਸਿਸ ਲੈ ਕੇ ਆਏ ਤਾਂ ਕਿ ਕਿਸੀ ਕੋ ਵੀ ਦਿੱਕਤ ਨਾ ਹੋ ਜੀ ਜੀ ਬਿਲਕੁਲ, ਔਰ ਹਮੇ ਵੀ ਦੁੱਖ ਲਗਤਾ ਹੈ ਕਿ ਬਾਰਡਰ ਪੇ ਅਗਰ ਆ ਜਾਏ ਔਰ ਮੇਰਾ ਪਾਸ ਯਾ ਜੋ ਵੀ ਹੈ, ਕਈ ਵਾਰ ਯੇ ਹੋਤਾ ਕਿ ਲੋਗੋ ਨੇ ਦੋ ਲੋਗੋ ਕੇ ਪਾਸ ਬਣਾਏ ਹੈ, ਤੀਸਰਾ ਐਡੀਸ਼ਨਲ ਚਲਾ ਹੁਆ ਹੈ ਜੀ ਜੀ, ਬਟ ਫਿਰ ਵੀ ਕੇਸ ਟੂ ਕੇਸ ਡਿਪੈਂਡ ਕਰਤਾ ਹੈ, ਕਈ ਵਾਰ ਕਈ ਜੈਨੂਇਨ ਚੀਜ਼ ਹੋਤੀ ਹੈ ਨਾ ਜੀ ਜੀ ਜੀ, ਬਟ ਯੈਸ ਅਗਰ ਕਿਸੀ ਕਾ ਘਰ ਆਸ ਪਾਸ ਹੀ ਅਗਰ ਵਹਾਂ ਸੇ ਮੂਵ ਕਰਤਾ ਹੈ ਤੋ ਉਸਕੋ ਡਿਸਟ੍ਰਿਕਟ ਮੈਜਿਸਟ੍ਰੇਟ ਸੇ ਪਾਸ ਲੇਨਾ ਚਾਹੀਏ ਜੀ ਜੀ ਬਿਲਕੁਲ। ਤੋ ਯੇ ਸਭੀ ਕੇ ਲਈ ਮੈਸੇਜ ਹੈ ਕਿ ਜੋ ਵੀ ਆਤਾ ਹੈ ਵੋ ਵਿਲੇਜ ਪਾਸ ਲੈ ਕੇ ਆਏ, ਲੇਕਰ ਆਪਕੋ ਵਾਲੇਟ ਮੇ ਜੀ। ਚਲੀਏ, ਹਮਾਰੇ ਸਾਥ ਬਾਤਚੀਤ ਕਰਨੇ ਕੇ ਲੀਏ ਬਹੁਤ ਬਹੁਤ ਧੰਨਵਾਦ ਸਰ ਆਪਕਾ। ਤਾਂ ਇਹ ਸੀ ਸਾਰੀ ਗੱਲਬਾਤ ਜੋ ਮੌਕੇ ਤੇ ਹੋਈ, ਹੁਣ ਤੁਸੀਂ ਆਪ ਹਿਸਾਬ ਲਾਓ ਕਿ ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਰ ਸਿੰਘ ਸੈਣੀ ਠੀਕ ਨੇ ਜਾਂ ਫਿਰ ਐਸ ਪੀ ਬਿਲਾਸਪੁਰ ਦਿਵਾਕਰ ਸ਼ਰਮਾ। ਪਰ ਇੱਕ ਗੱਲ ਹੈ ਕਿ ਇਸ ਘਟਨਾ ਤੋਂ ਬਾਅਦ ਹਿਮਾਚਲ ਪੁਲਿਸ ਵੱਲੋਂ ਲੋਕਾਂ ਨੂੰ ਦੋ ਸੁਨੇਹੇ ਜ਼ਰੂਰ ਦਿੱਤੇ ਗਏ ਨੇ। ਪਹਿਲਾ ਸੁਨੇਹਾ ਇਹ ਕਿ ਬਿਨਾਂ ਕਰਫਿਊ ਪਾਸ ਤੋਂ ਤੁਸੀਂ ਹਿਮਾਚਲ ਦੇ ਵਿੱਚ ਨਾ ਆਓ, ਅਤੇ ਦੂਜਾ ਸੁਨੇਹਾ ਇਹ
ਕਿ ਕਾਨੂੰਨ ਸਭ ਦੇ ਲਈ ਬਰਾਬਰ ਹੈ। ਕੈਮਰਾ ਪਰਸਨ ਨਰਿੰਦਰ ਸਿੰਘ ਸੋਨੀ ਦੇ ਨਾਲ ਠਾਕੁਰ ਅਮਨਦੀਪ ਸਿੰਘ, ਵਰਲਡ ਪੰਜਾਬੀ ਟੀਵੀ, ਚੰਡੀਗੜ੍ਹ।